ਸਰਵਣ ਸਿੰਘ ਪੰਧੇਰ ਸ਼ੰਭੂ ਮੋਰਚੇ ਤੋਂ ਬੋਲ ਰਿਹਾ। ਕੜਾਕੇ ਦੀ ਠੰਡ ਵਿੱਚ ਤੁਸੀਂ ਦੇਖ ਲਓ ਕਿੰਨੀ ਸੰਘਣੀ ਧੁੰਦ ਆ, ਫਿਰ ਵੀ ਲਗਾਤਾਰ ਕਿਸਾਨਾਂ ਦੀ ਆਮਦ। ਕੱਲ ਵੀ ਕਿਸਾਨ ਵੱਡੇ ਪੱਧਰ ਤੇ ਆਏ ਆ ਔਰ ਇਹਦੋਂ ਗਾਹਾਂ 20 ਨੂੰ ਅੰਮ੍ਰਿਤਸਰ ਦਾ ਦੂਜਾ ਜਥਾ ਆ ਲਗਾਤਾਰ ਜਥੇ ਬਾਰਡਰਾਂ ਤੇ ਆ ਰਿਹਾ, ਗਿਣਤੀ ਲਗਾਤਾਰ ਵੱਧ ਰਹੀ ਹੈਗੀ ਆ। ਔਰ ਜਿਵੇਂ ਤੁਹਾਨੂੰ ਪਤਾ ਵੀ ਅਸੀਂ 16 ਨੂੰ ਵੀ ਚੰਡੀਗੜ੍ਹ PC ਕਰਕੇ ਜਗਜੀਤ ਸਿੰਘ ਜੀ ਡੱਲੇਵਾਲ ਖਨੌਰੀ ਬਾਰਡਰ ਤੇ 26 ਨਵੰਬਰ ਨੂੰ ਮਰਨ ਵਰਤ ਤੇ ਬਹਿ ਰਹੇ ਨੇ, ਵੱਡਾ ਐਲਾਨ ਕੀਤਾ ਗਿਆ ਵਾ। ਔਰ ਇਹਦੋਂ ਗਾਹਾਂ 18 ਨੂੰ ਫਿਰ ਜਿਹੜਾ ਵਾ ਵੱਡਾ ਐਲਾਨ ਆਪਾਂ ਕਰਨਾ ਹੈਗਾ ਵਾ। 18 ਦੀ ਚੰਡੀਗੜ੍ਹ ਦੀ PC ਆ, ਪੱਤਰਕਾਰਾਂ ਨੂੰ ਬੇਨਤੀ ਵੱਧ ਤੋਂ ਵੱਧ ਆਓ, ਵੱਡੇ ਐਲਾਨ ਹੋਣਗੇ। ਸੋ ਇਸ ਕਰਕੇ ਜਿਨ੍ਹਾਂ ਹਾਕਮਾਂ ਤੇ ਅਸੀਂ ਆਸ ਰੱਖ ਕੇ ਬੈਠੇ ਹੋਏ ਹਾਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਾਡੇ ਮੁੱਦਿਆਂ ਨਾਲ। ਉਹ ਤਾਂ ਮੰਦਰ ਮਸਜਿਦ ਦੀ ਹਿੰਦੂ ਮੁਸਲਿਮ ਦੇ ਪੱਤੇ ਖੇਡਣ ਤੇ ਲੱਗੇ ਹੋਏ ਆ। ਕਹਿੰਦੇ ਆ ਵੀ ਜੇ ਵਟੋਗੇ ਤਾਂ ਕੱਟੋਗੇ, ਦੂਜਾ ਕਹਿੰਦਾ ਡਰੋਗੇ ਮਰੋਗੇ। ਉਹ ਹੋਰਨਾਂ ਪਾਸਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਕਿਸਾਨਾਂ ਨਾਲ, ਮਜ਼ਦੂਰਾਂ ਨਾਲ, ਆਦਿਵਾਸੀਆਂ ਨਾਲ, ਇਹਦੋਂ ਗਾ ਨੌਜਵਾਨਾਂ ਨਾਲ, ਛੋਟੇ ਦੁਕਾਨਦਾਰਾਂ ਦੇ ਨਾਲ, ਆਮ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਨੂੰ ਆਪਣੀਆਂ ਮੰਗਾਂ ਜ਼ੋਰ ਲਾ ਕੇ ਹੀ, ਅੰਦੋਲਨ ਕਰਕੇ ਹੀ ਮਨਾਉਣੀਆਂ ਪੈਣੀਆਂ ਵਾ। ਤੋ ਇਸ ਕਰਕੇ ਭਰਾਓ, ਜਿਹੜਾ 18 ਨੂੰ ਵੱਡੇ ਐਲਾਨ ਕੀਤੇ ਜਾਣੇ ਆ, ਇਸ ਕਰਕੇ ਮੋਰਚੇ ਵੱਲ ਧਿਆਨ ਦਿਓ ਔਰ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਧੰਨਵਾਦ। ਸਰਵਣ ਸਿੰਘ ਪੰਧੇਰ ਸ਼ੰਭੂ ਮੋਰਚੇ ਤੋਂ ਬੋਲ ਰਿਹਾ। ਕੜਾਕੇ ਦੀ ਠੰਡ ਵਿੱਚ ਤੁਸੀਂ ਦੇਖ ਲਓ ਕਿੰਨੀ ਸੰਘਣੀ ਧੁੰਦ ਆ, ਫਿਰ ਵੀ ਲਗਾਤਾਰ ਕਿਸਾਨਾਂ ਦੀ ਆਮਦ। ਕੱਲ ਵੀ ਕਿਸਾਨ ਵੱਡੇ ਪੱਧਰ ਤੇ ਆਏ ਆ ਔਰ ਇਹਦੋਂ ਗਾਹਾਂ 20 ਨੂੰ ਅੰਮ੍ਰਿਤਸਰ ਦਾ ਦੂਜਾ ਜਥਾ ਆ ਲਗਾਤਾਰ ਜਥੇ ਬਾਰਡਰਾਂ ਤੇ ਆ ਰਿਹਾ, ਗਿਣਤੀ ਲਗਾਤਾਰ ਵੱਧ ਰਹੀ ਹੈਗੀ ਆ। ਔਰ ਜਿਵੇਂ ਤੁਹਾਨੂੰ ਪਤਾ ਵੀ ਅਸੀਂ 16 ਨੂੰ ਵੀ ਚੰਡੀਗੜ੍ਹ PC ਕਰਕੇ ਜਗਜੀਤ ਸਿੰਘ ਜੀ ਡੱਲੇਵਾਲ ਖਨੌਰੀ ਬਾਰਡਰ ਤੇ 26 ਨਵੰਬਰ ਨੂੰ ਮਰਨ ਵਰਤ ਤੇ ਬਹਿ ਰਹੇ ਨੇ, ਵੱਡਾ ਐਲਾਨ ਕੀਤਾ ਗਿਆ ਵਾ। ਔਰ ਇਹਦੋਂ ਗਾਹਾਂ 18 ਨੂੰ ਫਿਰ ਜਿਹੜਾ ਵਾ ਵੱਡਾ ਐਲਾਨ ਆਪਾਂ ਕਰਨਾ ਹੈਗਾ ਵਾ। 18 ਦੀ ਚੰਡੀਗੜ੍ਹ ਦੀ PC ਆ, ਪੱਤਰਕਾਰਾਂ ਨੂੰ ਬੇਨਤੀ ਵੱਧ ਤੋਂ ਵੱਧ ਆਓ, ਵੱਡੇ ਐਲਾਨ ਹੋਣਗੇ। ਸੋ ਇਸ ਕਰਕੇ ਜਿਨ੍ਹਾਂ ਹਾਕਮਾਂ ਤੇ ਅਸੀਂ ਆਸ ਰੱਖ ਕੇ ਬੈਠੇ ਹੋਏ ਹਾਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਾਡੇ ਮੁੱਦਿਆਂ ਨਾਲ। ਉਹ ਤਾਂ ਮੰਦਰ ਮਸਜਿਦ ਦੀ ਹਿੰਦੂ ਮੁਸਲਿਮ ਦੇ ਪੱਤੇ ਖੇਡਣ ਤੇ ਲੱਗੇ ਹੋਏ ਆ। ਕਹਿੰਦੇ ਆ ਵੀ ਜੇ ਵਟੋਗੇ ਤਾਂ ਕੱਟੋਗੇ, ਦੂਜਾ ਕਹਿੰਦਾ ਡਰੋਗੇ ਮਰੋਗੇ। ਉਹ ਹੋਰਨਾਂ ਪਾਸਾਂ 'ਚ ਲੱਗੇ ਹੋਏ ਆ, ਉਹਨਾਂ ਨੂੰ ਕਿਸਾਨਾਂ ਨਾਲ, ਮਜ਼ਦੂਰਾਂ ਨਾਲ, ਆਦਿਵਾਸੀਆਂ ਨਾਲ, ਇਹਦੋਂ ਗਾ ਨੌਜਵਾਨਾਂ ਨਾਲ, ਛੋਟੇ ਦੁਕਾਨਦਾਰਾਂ ਦੇ ਨਾਲ, ਆਮ ਜਨਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਨੂੰ ਆਪਣੀਆਂ ਮੰਗਾਂ ਜ਼ੋਰ ਲਾ ਕੇ ਹੀ, ਅੰਦੋਲਨ ਕਰਕੇ ਹੀ ਮਨਾਉਣੀਆਂ ਪੈਣੀਆਂ ਵਾ। ਤੋ ਇਸ ਕਰਕੇ ਭਰਾਓ, ਜਿਹੜਾ 18 ਨੂੰ ਵੱਡੇ ਐਲਾਨ ਕੀਤੇ ਜਾਣੇ ਆ, ਇਸ ਕਰਕੇ ਮੋਰਚੇ ਵੱਲ ਧਿਆਨ ਦਿਓ ਔਰ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਧੰਨਵਾਦ।